ਜਦੋਂ ਮੈਂ 7 ਸਾਲ ਦਾ ਸੀ ਤੇ ਕਦੀ ਕਦੀ ਮੈਂ ਦਾਦੂ ਬਾਂਸੀ ਵਜਾਇਆ ਕਰਦੀ ਸੀ ਨਾ, ਤੇ ਮੈਂ ਇੱਕ ਦਿਨ ਦਾਦੂ ਨੂੰ ਕਿਹਾ ਮੈਂ ਵੀ ਵਜਾਉਣੀ ਹੈ। ਉਹਨਾਂ ਨੇ ਮੈਨੂੰ ਬਾਂਸੁਰੀ ਦਿੱਤੀ ਤੇ ਮੈਂ ਜਦੋਂ ਵਜਾਈ ਉਹਨਾਂ ਨੂੰ ਆਹ ਮਹਿਸੂਸ ਹੋਇਆ ਕਿ ਮੈਂ ਕਰ ਸਕਦਾ। ਸੱਚ ਦੱਸਾਂ ਤਾਂ ਮੈਨੂੰ ਆਪਣਾ ਆਪ ਭੁੱਲ ਗਿਆ। ਅੱਗੇ ਮੈਂ ਕਿਤੇ ਜਾਂਦਾ ਸਾਂ ਤੇ ਇੱਕ ਮੇਰੀ ਪਹਿਚਾਣ ਸੀ, ਇਹਨੇ ਆਪਣਾ ਬਚਪਨ ਇਸ ਗੀਤ ਨੂੰ ਦਿੱਤਾ ਤੇ ਇਹਦਾ ਫਲ ਪਰਮਾਤਮਾ ਨੂੰ ਜ਼ਰੂਰ ਦੇਵੇਗਾ। ਅੱਜ ਜਦੋਂ ਮੈਂ ਜਾਂਦਾ ਤੇ ਮੈਨੂੰ ਇਹਦੇ ਕਰਕੇ ਜ਼ਿਆਦਾ ਮਾਣ ਮਿਲਦਾ। ਭਾਰਤ ਦੇਸ਼ ਆਪਣੀ ਵੱਖ ਵੱਖ ਕਲਾ ਦੇ ਸਦਕਾ ਜਾਣਿਆ ਜਾਂਦਾ ਹੈ। ਇਸ ਦੇਸ਼ ਦੇ ਵਿੱਚ ਕਹਿ ਸਕਦੇ ਹਾਂ ਕਿ ਹੁਣ ਤੱਕ ਹਜ਼ਾਰਾਂ ਲੱਖਾਂ ਅਜਿਹੇ ਕਲਾਕਾਰ ਪੈਦਾ ਹੋਏ ਨੇ ਜਿਨ੍ਹਾਂ ਨੇ ਆਪਣੀ ਕਲਾ ਦੇ ਸਦਕਾ ਇਸ ਦੇਸ਼ ਦੇ ਨਾਮ ਨੂੰ ਇੱਕ ਸ਼ਿਖਰ 'ਤੇ ਪਹੁੰਚਾਇਆ। ਪਰ ਅੱਜ ਅਸੀਂ ਮੌਜੂਦ ਹਾਂ ਗੁਰੂ ਨਗਰੀ ਅੰਮ੍ਰਿਤਸਰ ਦੇ ਉਸ 10 ਸਾਲ ਦੀ ਨੰਨੀ ਜਾਨ ਦੇ ਨਾਲ ਜਿਸਨੇ ਕਿ ਸ਼ਹਿਰ ਦੇ ਵਿੱਚ ਆਪਣੇ ਹੀ ਤੱਕ ਇੱਕ ਆਪਣੀ ਵਿਲੱਖਣ ਕਲਾ ਦੇ ਸਦਕਾ ਪਾਈ ਆ, ਔਰ ਉਹ ਕਲਾ ਹੈ ਬਾਂਸੁਰੀ ਦੀ ਜੀ। ਬਿਲਕੁਲ, ਇਸ ਵਿਲੱਖਣ ਕਲਾ ਦੇ ਸਦਕਾ ਸਿਧਾਰਥ ਯੋਗੀ, ਜਿਸ ਦੀ ਉਮਰ ਮਹਿਜ਼ 10 ਸਾਲ ਹੈ, ਅਤੇ ਇਸ ਕਲਾ ਦੇ ਸਦਕਾ ਉਹ ਜਾਣਿਆ ਜਾਂਦਾ। ਜਦ ਵੀ ਬਾਂਸੁਰੀ ਦੀ ਜ਼ਿਕਰ ਹੁੰਦਾ, ਇਸ ਕਲਾ ਦਾ ਜ਼ਿਕਰ ਹੁੰਦਾ, ਤਾਂ ਸ਼ਹਿਰ ਦੇ ਵਿੱਚ ਇਸ ਨੰਨੀ ਜਾਨ ਦਾ ਜ਼ਿਕਰ ਜ਼ਰੂਰ ਹੈ ਔਰ ਲਾਜ਼ਮੀ ਵੀ ਹੈ, ਕਿਉਂਕਿ ਜਿਸ ਬਾਖੂਬੀ ਢੰਗ ਦੇ ਨਾਲ ਇਸ ਕਲਾ ਦਾ ਇਹ ਪ੍ਰਦਰਸ਼ਨ ਕਰਦੇ ਆ, ਉਹ ਆਪਣੇ ਆਪ ਦੇ ਵਿੱਚ ਖਿੱਚ ਦਾ ਕੇਂਦਰ ਬਣ ਜਾਂਦੀ ਹੈ ਅਤੇ ਸਭ ਉਸ ਨਾਲ ਮੋਹਿਤ ਹੋ ਜਾਂਦੇ ਆ। ਅਤੇ ਗੱਲਬਾਤ ਕਰ ਲੈਂਦੇ ਹਾਂ, ਬੜੀ ਛੋਟੀ ਉਮਰ ਦੇ ਵਿੱਚ ਇਸ ਕਲਾ ਦਾ ਇਲਮ ਹਾਸਲ ਕਰਨਾ ਕਹਿ ਸਕਦੇ ਹਾਂ ਕਿ ਮਾਣ ਦੀ ਗੱਲ ਵੀ ਹੁੰਦੀ ਹੈ। ਕਦੋਂ ਤੋਂ ਇਸ ਸਫ਼ਰ ਦੀ ਸ਼ੁਰੂਆਤ ਹੋਈ ਉਹ ਦੱਸੋ। ਹੁਣ ਮੈਂ 10 ਸਾਲ ਦਾ ਹਾਂ। ਜਦੋਂ ਮੈਂ 7 ਸਾਲ ਦਾ ਸੀ ਅਤੇ ਕਦੀ ਕਦੀ ਮੇਰੇ ਦਾਦੂ ਬਾਂਸੀ ਵਜਾਇਆ ਕਰਦੇ ਸੀ, ਅਤੇ ਮੈਂ ਜਦੋਂ ਉੱਦਾਂ ਹੀ ਖੇਡਦਾ ਉੱਡਦਾ ਸੀ ਅਤੇ ਮੈਂ ਕਦੀ ਉੱਦਾਂ ਉੱਦਾਂ ਮੈਨੂੰ ਬਸ ਦਾਦੂ ਵਿਖ ਜਾਂਦੇ ਸੀ ਵਜਾਉਂਦੇ ਵਜਾਉਂਦੇ। ਕਾਫੀ ਦਿਨ ਬੀਤੇ ਇੱਦਾਂ, ਅਤੇ ਮੈਂ ਇੱਕ ਦਿਨ ਦਾਦੂ ਨੂੰ ਕਿਹਾ ਮੈਂ ਵੀ ਵਜਾਉਣੀ ਹੈ। ਉਹਨਾਂ ਨੇ ਮੈਨੂੰ ਬਾਂਸੁਰੀ ਦਿੱਤੀ ਅਤੇ ਮੈਂ ਜਦੋਂ ਵਜਾਈ ਉਹਨਾਂ ਨੂੰ ਆਹ ਮਹਿਸੂਸ ਹੋਇਆ ਕਿ ਮੈਂ ਕਰ ਸਕਦਾ ਹਾਂ। ਫਿਰ ਉਹਨਾਂ ਨੇ ਮੇਰੇ 'ਤੇ ਫੋਕਸ ਕੀਤਾ ਮੇਰੇ ਉੱਤੇ, ਅਤੇ ਅੱਜ ਮੈਂ ਇਸ ਮੁਕਾਮ 'ਤੇ ਹੈਗਾ ਵਾਂ ਜੀ। ਪਹਿਲੇ ਮੈਂ ਕਹਿੰਦਾ ਉਸ ਕਲਾ ਤੋਂ ਹੀ ਸ਼ੁਰੂਆਤ ਕਰਦੇ ਹਾਂ। ਬੜੇ ਹੀ ਵਧੀਆ ਢੰਗ ਨਾਲ ਤੁਸੀਂ ਵਜਾਉਂਦੇ, ਇੱਕ ਵਾਰ ਉਸਦਾ ਪ੍ਰਦਰਸ਼ਨ ਦਿਖਾਈ ਦੇ ਜੀ। ਜ਼ਰੂਰ ਜੀ। ਮੈਂ ਚਾਹੁੰਦਾ ਕਿ ਉਹ ਕਲਾ ਤੋਂ ਹੀ ਸ਼ੁਰੂਆਤ ਕਰਦੇ ਹਾਂ, ਲਾਗੇ ਬੰਸਰੀ ਪਈ ਹੋਈ ਹੈ, ਇੱਕ ਵਾਰੀ ਵਜਾ ਕੇ ਦਿਖਾ ਦਿਓ, ਜਿਹੜੇ ਸਾਰਾ ਸ਼ਹਿਰ ਸਾਰੀ ਦੁਨੀਆ ਤੁਹਾਡੇ ਚਰਚਾਵਾਂ ਦੇ ਨਾਲ ਕਹਿ ਸਕਦੇ ਹਾਂ ਜਾਣਦੀ ਹੈ ਤੁਹਾਨੂੰ ਕਿ ਤੁਸੀਂ ਬੰਸਰੀ ਬੜੀ ਵਧੀਆ ਵਜਾਉਂਦੇ, ਇੱਕ ਵਾਰੀ ਉਸਦਾ ਪ੍ਰਦਰਸ਼ਨ ਹੋ ਜਾਵੇ ਜੀ। ਬਾਤ ਹੈ ਜੀ, ਚਰਚਾਵਾਂ ਬਹੁਤ ਸੁਣੀਆਂ ਸੀ ਪਰ ਅੱਜ ਆ ਕੇ ਦੇਖ ਵੀ ਲਿਆ। ਕਹਿ ਸਕਦੇ ਹਾਂ ਕਿ ਸਾਨੂੰ ਲੋਕਾਂ ਨੂੰ ਦੇਖਣ ਵਿੱਚ ਕਲਾ ਬਹੁਤ ਆਸਾਨ ਲੱਗਦੀ ਹੈ ਕਿ ਕਲਾਕਾਰ ਦੇ ਲਈ ਮਿੰਟਾਂ ਸਕਿੰਟਾਂ ਦੀ ਖੇਡ ਹੋਏਗੀ, ਪਰ ਇਸ ਕਲਾ ਨੂੰ ਬਿਹਤਰ ਢੰਗ ਦੇ ਨਾਲ ਦਰਸ਼ਕਾਂ ਤੱਕ ਲੋਕਾਂ ਤੱਕ ਪਹੁੰਚਾਉਣਾ ਔਰ ਫਿਰ ਉਸਨੂੰ ਹੋਰ ਬਿਹਤਰੀ ਨਾਲ ਪੇਸ਼ ਕਰਨਾ ਹੈ, ਆਪਣੇ ਆਪ ਦੇ ਵਿੱਚ ਕਹਿ ਸਕਦੇ ਹਾਂ ਜੋਖਿਮ ਭਰਿਆ ਕੰਮ ਹੁੰਦਾ। ਇੰਨੀ ਛੋਟੀ ਉਮਰੇ ਕਹਿ ਸਕਦੇ ਹਾਂ 7 ਸਾਲ ਦੀ ਉਮਰ 'ਚ ਤੁਸੀਂ ਇਸ ਕਲਾ ਦੇ ਨਾਲ ਜੁੜ ਗਏ, ਕੀ ਖਿੱਚ ਕੀ ਲੱਗੀ ਮਨ ਵਿੱਚ ਕਿ ਬੰਸਰੀ ਹੀ ਕਿਉਂ ਸਿੱਖੀ, ਹੋਰ ਵੀ ਕਲਾ ਹੋ ਸਕਦੀਆਂ ਸੀ ਜਾਂ ਹੋਰ ਵੀ ਕਹਿ ਸਕਦੇ ਹਾਂ ਖੇਡਣ ਕੁੱਦਣ ਦੀ ਉਮਰ ਸੀਗੀ, ਹੋਰ ਕੰਮਾਂ ਕਾਜਾਂ 'ਚ ਵੀ ਦਿਮਾਗ ਲਗਾ ਸਕਦਾ ਸੀ? ਨਹੀਂ, ਖੇਡਦਾ ਤਾਂ ਮੈਂ ਹੁਣੇ ਵੀ ਹਾਂ, ਖੇਡਦਾ ਸੀ,
ਬਟ ਜਿਹੜੀ ਲਗਨ ਲੱਗਣੀ, ਜੇ ਤਬਲੇ ਨਾਲ ਲੱਗਣੀ ਤਬਲੇ ਨਾਲ ਲੱਗ ਜਾਣੀ ਸੀ, ਜੇ ਖੇਡ ਨਾਲ ਲੱਗਣੀ ਸੀ ਖੇਡ ਨਾਲ ਲੱਗ ਜਾਣੀ ਸੀ, ਹੁਣ ਬੰਸੀ ਨਾਲ ਲੱਗੀ ਤਾਂ ਬੰਸੀ ਨਾਲ ਹੀ ਹੈ। ਤੇ ਕਿੰਨਾ ਸਮਾਂ ਫਿਰ ਆਪਣੀ ਇਸ ਪੱਕੇ ਯਾਰ ਨੂੰ ਦਿੰਦੇ ਹੋ? ਜਿੰਨਾ ਹੋ ਸਕਦਾ ਮੇਰੇ ਤੋਂ ਮੈਕਸੀਮਮਲੀ, ਜਿੰਨਾ ਹੋ ਸਕਦਾ ਦਿਨ 'ਚ। ਕੀ ਸ਼ਡਿਊਲ ਕੀ ਰਹਿੰਦਾ ਹੈ ਦਿਨੇ ਉੱਠਦੇ, ਉਸ ਤੋਂ ਬਾਅਦ ਸਾਰਾ ਦਿਨ ਦਾ ਸ਼ਡਿਊਲ ਕਿਸ ਤਰ੍ਹਾਂ ਦਾ? ਕਿਉਂਕਿ ਪੜ੍ਹਾਈ ਵੀ ਹੈ, ਕਲਾ ਨੂੰ ਵੀ ਸਮਾਂ ਦੇਵਾਂਗੇ, ਰਿਆਜ਼ ਕਰਾਂਗੇ ਤਾਂ ਹੀ ਬਿਹਤਰ ਕਰ ਪਾਵਾਂਗੇ। ਸਾਰਾ ਦਿਨ ਦਾ ਫਿਰ ਦਿਨ ਚਰਿਆ ਕਿੱਦਾਂ ਦੀ ਰਹਿੰਦੀ? ਜੀ, ਮੈਂ ਸਵੇਰੇ 6 ਵਜੇ ਉੱਠਦਾ ਵਾਂ, ਅਤੇ ਸਵੇਰੇ 6 ਵਜੇ ਉੱਠ ਕੇ ਪਹਿਲਾਂ ਮੈਂ ਹੱਥ ਮੂੰਹ ਧੋਨਾ ਅਤੇ ਸਨਰਾਈਜ਼ ਵੇਖਦਾ ਹਾਂ। ਉਸ ਤੋਂ ਬਾਅਦ ਮੈਂ ਆਪਣਾ ਫਰੂਟ ਦਾ ਰਿਆਜ਼ ਕਰਦਾ ਵਾਂ, ਉਸ ਤੋਂ ਬਾਅਦ ਮੈਂ ਥੋੜ੍ਹੀ ਦੇਰ ਐਕਸਰਸਾਈਜ਼ ਵਗੈਰਾ ਕਰਕੇ ਰੋਟੀ ਖਾਂਦਾ ਵਾਂ। ਰੋਟੀ ਖਾਣ ਤੋਂ ਬਾਅਦ ਮੈਂ ਥੋੜ੍ਹੀ ਦੇਰ ਆਪਣਾ ਖੇਡਦਾ ਕੁੱਦਦਾ ਵਾਂ, ਉਸ ਤੋਂ ਬਾਅਦ ਮੈਂ ਪੜ੍ਹਾਈ ਕਰਕੇ ਫਿਰ ਰਿਆਜ਼ ਕਰਦਾ ਵਾਂ। ਉਸ ਤੋਂ ਬਾਅਦ ਮੈਂ ਥੋੜ੍ਹੀ ਦੇਰ ਖੇਡ ਕੇ ਸ਼ਾਮੀ ਮੈਂ ਥੋੜ੍ਹੀ ਮਤਲਬ ਸ਼ਾਮ ਨੂੰ ਜਿੱਦਾਂ ਬਾਈਕ ਉਮੀਦ ਉਦਾਂ ਕਰਦਾ ਵਾਂ, ਫਿਰ ਸ਼ਾਮੀ ਆਪਾਂ ਆਰਤੀ ਕਰਦੇ, ਸਾਡੇ ਘਰ ਹੁੰਦੀ ਆ ਆਰਤੀ 15 ਮਿੰਟ, ਫਿਰ ਉਸ ਤੋਂ ਬਾਅਦ ਆਪਾਂ ਰਿਆਜ਼ ਕਰਦੇ ਹਾਂ, ਉਸ ਤੋਂ ਬਾਅਦ ਰੋਟੀ ਖਾਂਦੇ ਹਾਂ, ਫਿਰ ਥੋੜ੍ਹੀ ਦੇਰ ਰੋਟੀ ਖਾਣ ਤੋਂ ਬਾਅਦ ਜਿਹੜਾ ਚੱਕਰ ਵੁੱਕ ਲਾਉਂਦੇ ਉਹ ਲਾ ਕੇ ਸੌ ਜਾਂਦੇ ਹਾਂ ਬਸ। ਕਦੀ ਇਹ ਨਹੀਂ ਸੋਚਿਆ ਕਿ ਅੱਜ ਥੋੜ੍ਹਾ ਰਿਆਜ਼ ਰਹਿਣ ਦਿੰਦੇ ਹਾਂ, ਕੱਲ੍ਹ ਕਰ ਲਾਂਗੇ? ਕਲਾ ਤਾਂ ਹੁਣ ਆ ਹੀ ਗਈ ਆ, ਸਿੱਖ ਤਾਂ ਗਏ ਹੀ ਆ, ਹੌਲੀ ਹੌਲੀ ਜਦ ਵੱਡੇ ਹੋਵਾਂਗੇ ਫਿਰ ਆਪੇ ਸਿੱਖੀ ਜਾਵਾਂਗੇ। ਨਹੀਂ ਇੱਦਾਂ ਦੀ ਗਲਤ ਨਹੀਂ ਹੁੰਦੀ ਕਿ ਮਤਲਬ ਚਾਹੇ ਰਿਆਜ਼ ਬੰਦਾ ਕੱਟ ਕਰ ਲਏ, ਮਤਲਬ ਰਿਆਜ਼ ਸਕਿੱਪ ਨਹੀਂ ਕਰਨਾ ਚਾਹੀਦਾ ਕਦੀ। ਜਿਵੇਂ ਤੁਸੀਂ 1 ਘੰਟਾ ਕਰਨਾ ਉਹਦੇ ਬੋਲੇ ਅੱਧਾ ਘੰਟਾ ਕਰ ਲਓ, ਬਟ ਸਕਿੱਪ ਨਹੀਂ ਕਰਨਾ ਚਾਹੀਦਾ। ਕਲਾ ਪ੍ਰਤੀ ਪ੍ਰੇਮ ਤਾਂ ਤੁਹਾਡੇ ਗੱਲਾਂ 'ਚ ਵੀ ਝਲਕ ਰਿਹਾ, ਕਲਾ ਜਦੋਂ ਕਰਦੇ ਹੋ ਉਦੋਂ ਵੀ ਨਜ਼ਰ ਆਉਂਦਾ। ਇਹ ਇਸ ਨੂੰ ਹੋਰ ਬਿਹਤਰ ਕਰਨ ਦੇ ਲਈ ਕੀ ਕਰ ਰਹੇ ਹੋ? ਹੁਣ ਕਿਤੇ ਕੋਈ ਹੋਰ ਵੀ ਰਿਆਜ਼ ਕਰਦੇ ਸਿੱਖਣ ਜਾਂਦੇ ਹੋ ਜਾਂ ਘਰੇ ਹੀ ਆਪ ਸਿੱਖਦੇ ਪਏ ਹੋ? ਜੀ, ਹੁਣ ਮੈਂ ਸੰਗੀਤ ਦੀ ਵਿੱਦਿਆ ਡਾਕਟਰ ਅਜੇ ਸ਼ਰਮਾ ਜੀ ਤੋਂ ਕਹਿੰਦਾ ਵਾਂ, ਜਿਹੜੇ ਗੁਰੂ ਨਾਨਕ ਦੇਵ ਯੂਨੀਵਰਸਿਟੀ, ਤੁਹਾਨੂੰ ਪਤਾ ਹੀ ਹੋਵੇਗਾ, ਉਹ 'ਚ ਪ੍ਰੋਫੈਸਰ ਹੈਗੇ ਹਨ। ਅਤੇ ਹੁਣ ਤੱਕ ਕਹਿ ਸਕਦੇ ਹਾਂ ਕਿ ਕਈ ਵੱਡੇ ਕਲਾਕਾਰਾਂ ਦੇ ਨਾਲ ਵੀ ਤੁਸੀਂ ਮੰਚ ਸਾਂਝਾ ਕਰ ਚੁੱਕੇ ਹੋ, ਫਿਰੋਜ਼ ਖਾਨ ਹੋਣ ਚਾਹੇ ਮਾਸਟਰ ਸਲੀਮ ਹੋਣ, ਲੋਕ ਇਹਨਾਂ ਨੂੰ ਸੁਣਦੇ ਆ। ਪਰ ਇੱਕ ਕਲਾਕਾਰ ਜਦੋਂ ਇੱਕ ਕਲਾਕਾਰ ਨੂੰ ਮਿਲਦਾ ਹੈ, ਇੱਕ ਖਿੱਚ ਹੁੰਦੀ ਮਨ ਵਿੱਚ ਕਿ ਮੈਂ ਆਪਣੀ ਕਲਾ ਦਾ ਪ੍ਰਦਰਸ਼ਨ ਉਸ ਨਾਲ ਕਰਾਂਗਾ, ਉਸ ਨਾਲ ਮੰਚ ਸਾਂਝਾ ਕਰਾਂਗਾ, ਤੁਸੀਂ ਕੀਤਾ, ਉਹ ਅਨੁਭਵ ਕਿਹੋ ਜਿਹਾ ਸੀ? ਬਹੁਤ ਵਧੀਆ ਲੱਗਿਆ ਜਦੋਂ ਮੈਂ ਉਹਨਾਂ ਨਾਲ ਮਨ ਸਾਂਝੀ ਕੀਤੀ, ਬਹੁਤ ਚੰਗਾ ਮਤਲਬ ਬਹੁਤ ਅੱਛਾ ਲੱਗਿਆ ਦਿਲ ਨੂੰ, ਅਤੇ ਮੈਨੂੰ ਬਹੁਤ ਖੁਸ਼ੀ ਹੋਈ। ਜਿੱਥੇ ਪਹੁੰਚਣਾ ਉਹ ਤਾਂ ਗਾਬੀ ਜਾਂਦਾ, ਬਟ ਇਨਸਾਨ ਨੂੰ ਆਪਣਾ ਇੱਕ ਸੁਪਨਾ ਰੱਖਣਾ ਚਾਹੀਦਾ। ਮੇਰਾ ਸੁਪਨਾ ਬਾਲੀਵੁੱਡ ਹੈਗਾ ਅਤੇ ਮੈਂ ਪੂਰੀ ਮਿਹਨਤ ਕਰਦੀ ਹਾਂ ਉਹਦੇ ਲਈ। ਦਾਦੇ ਹੋਣ ਦੇ ਨਾਤੇ, ਪਰਿਵਾਰ ਦਾ ਇੱਕ ਮੁਖੀਆ ਹੋਣ ਦੇ ਨਾਤੇ, ਇੱਕ ਮਾਣ ਤਾਂ ਹੁੰਦਾ ਕਿ ਸਾਡੀ ਜੋ ਅਗਲੀ ਪੀੜ੍ਹੀ ਆ ਸਾਡਾ ਨਾਮ ਹੋਰ ਰੋਸ਼ਨ ਕਰੇਗੀ। ਦੇਖੋ, ਸੱਚ ਦੱਸਾਂ ਤਾਂ ਮੈਨੂੰ ਆਪਣਾ ਆਪ ਭੁੱਲ ਗਿਆ। ਅੱਗੇ ਮੈਂ ਕਿਤੇ ਜਾਂਦਾ ਸਾਂ ਅਤੇ ਇੱਕ ਮੇਰੀ ਪਹਿਚਾਣ ਸੀ, ਇੰਨੀ ਪਹਿਚਾਣ ਇਨ ਸੈਂਸ ਕਿ ਮੈਂ ਇੱਕ ਸੰਸਥਾ ਨਾਲ ਜੁੜਿਆ, ਉਸ ਸੰਸਥਾ ਨਾਲ ਮੇਰੀ ਇੱਕ ਪਹਿਚਾਣ ਸੀ। ਪਰ ਅੱਜ ਇਸ ਨਾਲ ਅੱਜ ਜਦੋਂ ਮੈਂ ਜਾਂਦਾ ਤਾਂ ਮੈਨੂੰ ਇਹਦੇ ਕਰਕੇ ਜ਼ਿਆਦਾ ਮਾਣ ਮਿਲਦਾ, ਮੈਨੂੰ ਆਪਣੀ ਪਹਿਚਾਣ ਨਹੀਂ ਚਾਹੀਦੀ, ਇਹਦੀ ਪਹਿਚਾਣ ਦੇ ਨਾਲ ਹੀ ਮੇਰੀ ਪਹਿਚਾਣ ਹੈ। ਕਿੱਥੇ ਦੇਖਦੇ ਹੋ ਆਪਣੇ ਪੋਤੇ ਨੂੰ ਭਵਿੱਖ ਵਿੱਚ, ਕਿਸ ਮੁਕਾਮ ਤੇ ਦੇਖਦੇ? ਦੂਰ ਇੱਕ ਚਮਕਦਾ ਸਤਾਰਾ, ਪਰਮਾਤਮਾ ਕਿਰਪਾ ਕਰੇ ਮੇਰਾ ਸੁਪਨਾ ਪੂਰਾ ਹੋਵੇ ਅਤੇ ਇਹਦੀਆਂ ਆਸ਼ਾਵਾਂ ਨੂੰ ਫਲ ਲੱਗੇ। ਤਾਂ ਬਿਲਕੁਲ ਇਹ ਸੀ ਸਿਧਾਰਥ ਜੋਗੀ ਦੀ ਕਹਾਣੀ, ਔਰ ਇਹ 10 ਸਾਲ ਦੀ ਨੰਨੀ ਜਾਨ ਦੇ ਜ਼ਹਿਨ ਦੇ ਵਿੱਚ ਜੋ ਕਲਾ ਦਾ ਬੂਟਾ ਉਹ ਲੱਗ ਚੁੱਕਿਆ, ਅਤੇ ਹੌਲੀ ਹੌਲੀ ਕਹਿ ਸਕਦੇ ਹਾਂ ਕਿ ਜਦ ਵੱਖ ਵੱਖ ਉਸਤਾਦਾਂ ਦੇ ਵੱਲੋਂ ਇਸ ਦੀ ਕਲਾ ਨੂੰ ਪਛਾਣਿਆ ਗਿਆ, ਤਰਾਸ਼ਿਆ ਗਿਆ, ਤਾਂ ਹੁਣ ਕਹਿ ਸਕਦੇ ਹਾਂ ਕਿ ਇਸ ਬੂਟੇ ਨੂੰ ਫਲ ਲੱਗਣੇ ਵੀ ਸ਼ੁਰੂ ਹੋ ਗਏ ਨੇ। ਕਈ ਨਾਮੀ ਕਲਾਕਾਰਾਂ ਦੇ ਨਾਲ ਇਹ ਮੰਚ ਸਾਂਝਾ ਕਰ ਚੁੱਕਿਆ, ਔਰ ਟੀਚਾ ਛੋਟੀ ਉਮਰ ਤੋਂ ਹੀ ਲੈ ਕੇ ਬੈਠਾ ਕਿ ਮੈਂ ਬਾਲੀਵੁੱਡ ਤੱਕ ਪਹੁੰਚਣਾ, ਜੋ ਉੱਥੇ ਕਲਾਕਾਰ ਇਸ ਬਾਂਸੁਰੀ ਦੀ ਕਲਾ ਦਾ ਪ੍ਰਦਰਸ਼ਨ ਕਰਦੇ ਨੇ ਉਹਨਾਂ ਦੇ ਨਾਲ ਮੰਚ ਸਾਂਝੇ ਕਰਨੇ ਨੇ। ਪਰ ਇੱਕ ਬੁਲੰਦ ਹੌਸਲਿਆਂ ਦੀ ਵੱਡੀ ਉਦਾਹਰਣ ਹੈ, ਕਿਉਂਕਿ ਇਸ ਉਮਰ ਦੇ ਵਿੱਚ ਕਹਿ ਸਕਦੇ ਹਾਂ ਕਿ ਅਕਸਰ ਮਾਂ ਬਾਪ ਵੀ ਜਾਂ ਪਰਿਵਾਰਕ ਮੈਂਬਰ ਵੀ ਬੱਚਿਆਂ ਨੂੰ ਲਾਡ ਪਿਆਰ ਦੇ ਨਾਲ ਖੇਲਣ ਕੁੱਦਣ ਦਿੰਦੇ ਨੇ ਜਾਂ ਪੜ੍ਹਾਈ ਵੱਲ ਉਹਨਾਂ ਦਾ ਧਿਆਨ ਰੱਖਦੇ ਨੇ, ਪਰ
ਕਲਾ ਦੇ ਨਾਲ ਜੁੜਨਾ, ਔਰ ਉਹ ਵੀ ਮਹਿਜ 7 ਸਾਲ ਦੀ ਉਮਰ ਦੇ ਵਿੱਚ ਇਹ ਨੌਜਵਾਨ, ਇਹ ਨੰਨੀ ਜਾਨ ਕਲਾ ਦੇ ਨਾਲ ਜੁੜਿਆ, ਔਰ ਅੱਜ ਹੋਰਨਾਂ ਲਈ ਇੱਕ ਮਿਸਾਲ ਵੀ ਆ, ਔਰ ਪਰਿਵਾਰ ਨੂੰ ਵੀ ਮਾਣ ਹੈ ਕਿ ਸਾਡਾ ਜੋ ਆਗਾਮੀ ਪੀੜ੍ਹੀ ਆ ਉਹ ਸਿਖਰਾਂ 'ਤੇ ਪਹੁੰਚਦੀ ਹੋਈ ਵਿਖਾਈ ਦਿੰਦੀ ਆ, ਔਰ ਪਰਿਵਾਰ ਦਾ, ਸ਼ਹਿਰ ਦਾ ਨਾਮ ਇੱਕ ਹੋਰ ਟੀਚੇ 'ਤੇ, ਇੱਕ ਮੁਕਾਮ 'ਤੇ ਪਹੁੰਚਦਾ ਹੋਇਆ ਵਿਖਾਈ ਦਿੰਦਾ। ਅੰਮ੍ਰਿਤਸਰ ਤੋਂ ਨਿਤਿਸ਼ ਸੱਭਰਵਾਲ, ਨਿਊਜ਼ 18 ਪੰਜਾਬ।